ਅੱਜ ਅਸੀਂ ਚੱਲੇ ਹਾਂ ਜੀ ਸ਼ੂਟ ਕਰਨ ਕੈਮਰਾ ਅਗਲੇ ਬੰਨੇ ਆ ਪਿਛਲੇ ਬੰਨੇ ਨੇ ਵਲੋਗ ਕਰਦੇ ਆ ਮੇਰੀ ਮਨ ਹਾਂਜੀ ਅਸੀਂ ਅੱਜ ਸ਼ੂਟ ਕਰਨ ਚੱਲੇ ਹਾਂ ਅਤੇ ਕੋਈ ਸਲਾਹ ਨਹੀਂ ਹੈ ਕੀ ਬਣਨਾ ਅਤੇ ਕੀ ਨਹੀਂ ਬੰਦੇ ਸਾਡੇ ਸੋ ਜਾਂਦੇ ਹਾਂ ਅਤੇ ਵੇਖਦੇ ਹਾਂ ਵੀ ਕੀ ਕਰਨਾ ਵਾ ਸੋਚ ਰਹੇ ਹਾਂ ਵੀ ਗਾਣਾ ਸ਼ੂਟ ਕਰਦੇ ਹਾਂ ਅਤੇ ਜਿਹਦਾ ਕਾਪੀਰਾਈਟ ਨਾ ਆਵੇ ਅਤੇ ਸਾਰੇ ਆਪਾਂ ਬੰਦੇ ਇਕੱਠੇ ਹੋ ਚੁੱਕੇ ਹਾਂ ਟੀਮ ਪੂਰੀ ਮੇਰੀ ਮਨ ਇਹਨਾਂ ਵਿੱਚ ਕੋਈ ਵੀ ਇੰਟਰਸਟ ਨਹੀਂ ਹੈਗਾ ਤਿਆਰੀ ਨਹੀਂ ਪਰ ਹੁਣ ਤਿਆਰ ਤੁਰ ਹੋ ਗਏ ਆ ਆਪਣਾ ਸਮਾਨ ਵੀ ਲੈਣ ਦਾ ਵਾ ਸਾਡੇ ਮੋਟਰ ਜਿਹੜੇ ਵੀਰ ਆ ਉਹ ਵੀ ਰੈਡੀ ਹੋ ਚੁੱਕੇ ਨੇ ਆਹ ਸਾਡੀ ਮਸੜੀ ਮਸੜੀ ਦਾ ਸਨਰੂਫ ਖੋਲੋ ਬਈ ਸਨਰੂਫ ਖੋਲਿਆ ਹੋਇਆ ਮਸੜੀ ਦਾ ਸੋ ਘੋੜਾ ਹੀ ਲਿਆਉਂਦਾ ਵਾ ਇਹ ਅਸਲੀ ਨਹੀਂ ਹੈਗਾ ਇੱਕ ਵਾਰੀ ਮੈਂ ਦਿਖਾਉਣਾ ਚਾਹੂੰਗਾ ਇਹ ਨਕਲੀ ਆ ਮਤਲਬ ਆਪਣਾ ਸ਼ੂਟ ਵਾਸਤੇ ਇਸਤੇਮਾਲ ਕਰਨ ਲੱਗੇ ਨੇ ਇਹਨੂੰ ਆਪਾਂ ਸ਼ੂਟ ਵਾਸਤੇ ਯੂਜ਼ ਕਰਨ ਲੱਗੇ ਹਾਂ ਇਹਦਾ ਹੋਰ ਕੋਈ ਕੰਮ ਨਹੀਂ ਹੈਗਾ ਇੱਕ ਵਾਰੀ ਚਲਾ ਕੇ ਦੱਸ ਨਕਲੀ ਕਿ ਅਸਲੀ ਆ ਕੁਛ ਨਹੀਂ ਹੈ ਜੀ ਇੱਦਾਂ ਹੀ ਬਸ ਹਟਾਉਣਾ ਹੀ ਹੈ ਇਹਦੇ ਇੱਕ ਲੋਕੇਸ਼ਨ ਦਾ ਸਾਡਾ ਸੂਟ ਹੋ ਗਿਆ ਡਨ ਹੁਣ ਸੈਕਿੰਡ ਲੋਕੇਸ਼ਨ 'ਤੇ ਜਾਣ ਡੇ ਹਾਂ ਅਤੇ ਟਾਈਮ ਕਿੰਨਾ ਹੋ ਚੁੱਕਾ ਵਾ ਦੱਸੋ ਮਾੜਾ ਇੱਕ ਮਿੰਟ ਸਾਹਿਬ ਜੀ ਘੜੀ ਨਾ ਘੜੀ ਟਾਈਮ ਤਾਂ ਆਪਣਾ 2:30 ਚੱਲੇ ਜੀ 2:30 ਚੱਲੇ ਸਵੇਰ ਦੇ ਅਸੀਂ ਆਏ 11:00 ਦੇ ਆਏ ਹਾਂ ਧੁੱਪ ਬਹੁਤ ਜ਼ਿਆਦਾ ਹੈ ਅਤੇ ਰੰਗ ਨੂੰ ਥੋੜ੍ਹਾ ਫਰਕ ਪੈਣ ਡਿਆ ਵਾ ਚਲੋ ਕੋਈ ਨਹੀਂ ਫਿਰ ਕਰ ਲਾਂਗੇ ਮੈਨੇਜ ਮੈਂ ਤਾਂ ਆਪ ਕੱਢ ਗਿਆ ਕੋਈ ਚੱਕਰ ਨਹੀਂ ਮੈਂ ਨਾ ਅੱਗੇ ਰੱਬ ਨੇ ਬਖਸ਼ਿਆ ਉਦਾਂ ਦਾ ਰੰਗ ਨੂੰ ਜਿਹਾ ਅਤੇ ਬਾਕੀ ਸੈਕਿੰਡ ਲੋਕੇਸ਼ਨ 'ਤੇ ਪਹੁੰਚ ਚੁੱਕੇ ਹਾਂ ਜੀ ਅਤੇ ਇੱਥੇ ਕਰਦੇ ਹਾਂ ਸ਼ੂਟ ਸ਼ੁਰੂ ਸੈਕਿੰਡ ਲੋਕੇਸ਼ਨ ਸਾਡੀ ਆ ਹੈਗੀ ਜੀ ਪਿੰਡ ਦੀ ਨਹਿਰ ਇੱਥੇ ਆਪਾਂ ਕਰਾਂਗੇ ਸ਼ੂਟਿੰਗ ਸਟਾਰਟ ਸੋ ਸਾਰੇ ਜਾਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵਲੋਗ ਕਿਵੇਂ ਦਾ ਲੱਗਿਆ ਅਤੇ ਫੁੱਲ ਵੀਡੀਓ ਜਲਦੀ ਅਪਲੋਡ ਕਰਾਂਗੇ ਉਸ ਤੋਂ ਪਹਿਲਾਂ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਬੈੱਲ ਵਾਲੀ ਘੰਟੀ ਦਬਾ ਲਓ ਕਿ ਤੁਹਾਨੂੰ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਉਸੇ ਟਾਈਮ ਮਿਲ ਜਾਵੇ ਜਦੋਂ ਅਸੀਂ ਪਾਈਏ ਕਿਉਂਕਿ ਉਹ ਵੀ ਆਪਾਂ ਜਲਦੀ ਅਪਲੋਡ ਕਰ ਦੇਣੀ ਆ ਬਸ ਇੰਨਾ ਟਾਈਮ ਲਾਉਣਾ